ਫੋਰ ਤੁਸੀਂ ਇਹ ਕੁਐਸਚਨ ਸਾਨੂੰ ਕਰਦੇ ਮੀਟਿੰਗ ਬੁਲਾਉਂਦੇ ਤੁਹਾਡੀ ਬੋਰਡ ਦੀ ਮੈਂਬਰੀ ਸੀ ਜਦੋਂ ਮਾਰਦੀ ਦੇ ਤਿੰਨ ਚਿੱਠੀ ਨਹੀਂ ਅੰਕ ਦੇਖੋ ਦੇਖੋ ਤੁਸੀਂ ਸਾਨੂੰ ਹਨਾ ਵੀ ਨੀਡ ਟੂ ਗੈਟ ਟੂ ਦ ਪੁਆਇੰਟ ਵਾਟ ਵੀ ਹੇਅਰ ਫੋਰ ਯੂ ਨੋ ਦਿਸ ਇਜ਼ ਰਿਡਿਕਿਊਲਸ ਐਂਡ ਆਲ ਆਫ ਦ ਪੁਆਇੰਟ ਵਾ ਅੰਕ ਜੀ ਤੁਸੀਂ ਚੇਅਰਮੈਨ ਹੈ ਤੁਸੀਂ ਖੜੇ ਹੋ ਪਲੀਜ਼ ਗੇਟ ਦ ਪੁਆਇੰਟਸ ਲੈ ਪਾਏ ਉਹ ਆ ਪੁਆਇੰਟ ਨਹੀਂ ਹਾਊ ਪਲੀਜ਼ ਹੈ ਕਿਉਂਕਿ ਤੁਹਾਡੇ ਕੋ ਸਾਡੇ ਕੋ ਸੰਗਤ ਨੇ ਪੁੱਛਿਆ ਸੰਗਤ ਨੂੰ ਜਵਾਬ ਦੇ ਦਿਓ ਗੱਲ ਖਤਮ ਸੰਗਤ ਵਿੱਚ ਜਵਾਬ ਦੇ ਦਿੱਤਾ ਤੁਸੀਂ ਜਿਹੜੀ ਬੇਟੀ ਦਾ ਜਵਾਬ ਨਹੀਂ ਦਿੱਤਾ ਤੁਸੀਂ ਜਿਹੜੀ ਮੈਂ ਗੱਲ ਕੋਈ ਜਵਾਬ ਨਹੀਂ ਦਿੱਤਾ ਮੈਂ ਇਹੀ ਪੁੱਛਣਾ ਐਨ ਕਲੀਅਰਲੀ ਕਿ ਆ ਚਿੱਠੀ ਦਾ ਤੁਹਾਡਾ ਕੋਈ ਮਤਲਬ ਹੈ ਕਿ ਨਹੀਂ ਜਦ ਇਹਦੇ ਉੱਤੇ ਲਿਖਿਆ ਹੀ ਨਹੀਂ ਸਾਡਾ ਨਾਮ ਇਹਦਾ ਜਵਾਬ ਨਹੀਂ ਦਿਓ ਜੀ ਉੱਥੇ ਆ ਗੱਲ ਕਰਦੇ ਹੋ ਉਹ ਇਹਦਾ ਜਵਾਬ ਉੱਥੇ ਦੇ ਦਿਓ ਇਹਦਾ ਜਵਾਬ ਦੇਣਾ ਸਾਡਾ ਹੱਕ ਨਹੀਂ ਹੈ ਪੁੱਛੋ ਸਾਨੂੰ ਦਾ ਪੁੱਛਣਾ ਦੂਜਾ ਤੁਹਾਨੂੰ ਕੋਡ ਆਫ ਕੰਡਕਟ ਤੇ ਸਵਾਈਂਡ ਕਰਕੇ ਦਿੱਤੇ ਆ ਵਿਧਾਨਕ ਤੌਰ ਤੇ ਤੁਸੀਂ ਇਹਨੂੰ ਪੁੱਛ ਨਹੀਂ ਸਕਦੇ ਕੋਡ ਆਫ ਕੰਡਕਟ ਕਿਉਂ ਤੁਸੀਂ ਮੈਨੂੰ ਪ੍ਰੈਸ ਕਰਦੇ ਆ ਮੈਨੂੰ ਕੋਡ ਆਫ ਕੰਡਕਟ ਤੇ ਸਾਈਨ ਕਰਕੇ ਦਿਓ ਜਿਹੜੇ ਅਸੀਂ ਤਾਂ ਕਹਿੰਦੇ ਆ ਬਣਾਉਂਦੇ ਇਸੇ ਕਰਕੇ ਕਰਦੇ ਆ ਗਲਤ ਕਰ ਲਿਆ ਜੀ ਇਹ ਨਹੀਂ ਦੱਸੋ ਕਿਤੇ ਦੱਸੋ ਕਿਉਂ ਫਿਰ ਦੱਸੋ ਓਕੇ ਦੈਟਸ ਫਾਈਨ ਸੋ ਯੂ ਆਰ ਬੇਸਿਕਲੀ ਨਾਟ ਗੋਇੰਗ ਟੂ ਨੋ ਦ ਰੂਲਸ ਯਾ ਹੁੰਦਾ ਅੰਕਲ ਹੁੰਦਾ ਅੱਗੇ ਹੋਇਆ ਮੇਰਾ ਗੱਲ 10 ਦਿਨ ਦੀ ਗੱਲ ਹੈ ਜੋ ਤੁਸੀਂ ਕਹਿੰਦੇ ਮੈਂ ਮੰਨ ਗਿਆ 10 ਦਿਨ ਤੇ ਵਿੱਚ ਪਹਿਲਾਂ ਕੰਪਲੇਂਟ ਤੇ ਤੁਹਾਡੇ ਤੋਂ ਮੀਟਿੰਗ ਨਹੀਂ ਬੁਲਾ ਹੋਈ ਅੱਜ ਤੁਸੀਂ ਬਿਨਾਂ ਕਿਸੇ ਪ੍ਰੂਫ ਤੋਂ ਗੱਲ ਸੁਣੋ ਬਿਨਾਂ ਕਿਸੇ ਮੇਰੀ ਗੱਲ ਤੋਂ ਮੈਨੂੰ ਫਿਨਿਸ਼ ਕਰ ਦਿਓ ਬਿਨਾਂ ਕਿਸੇ ਪ੍ਰੂਫ ਤੋਂ ਬਿਨਾਂ ਕਿਸੇ ਗੱਲ ਤੋਂ ਤੁਸੀਂ ਸਾਨੂੰ ਹਾਜ਼ਰ ਕਰ ਲਿਆ ਵੀ ਆ ਚਿੱਠੀ ਦੱਸੋ ਅਸੀਂ ਕਿਹਦਾ ਜਵਾਬ ਦਈਏ ਇੱਕ ਮਿੰਟ ਤੁਸੀਂ ਪੁਆਇੰਟ ਟੋਟਲੀ ਮਿਸ ਅੰਡਰਸਟੈਂਡ ਕਰ ਰਹੇ ਆ ਅਸੀਂ ਪੁੱਛਿਆ ਹਾਂ ਜਾਂ ਨਾ ਮੈਂ ਕਿੱਧਰ ਗੱਲ ਚਲ ਗਈ ਆ ਇੱਕ ਮਿੰਟ ਮੇਰੀ ਤੁਸੀਂ ਗੱਲ ਵੀ ਨਹੀਂ ਸੁਣੀ ਹੈਗੀ ਹੈ ਕਿੱਧਰ ਨੂੰ ਚਲ ਗਿਆ ਆ ਟੋਟਲੀ ਰੋਂਗ ਮਿਸ ਅੰਡਰਸਟੈਂਡ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਮੀਟਿੰਗ ਕਿਉਂ ਸੱਦੀ ਪੁੱਛਣ ਲਈ ਤੁਹਾਨੂੰ ਦੱਸਿਆ ਤਾਂ ਨਹੀਂ ਤੁਸੀਂ ਆ ਹਨਾ ਅੰਕਲੀ ਪਲੀਜ਼ ਬੈਠੋ ਵੀ ਤੇਰੀ ਤਸੱਲੀ ਕਰਾ ਦੂੰ ਹੁਣ ਤੂੰ ਮੇਰੀ ਤਸੱਲੀ ਕਰਾ ਕੇ ਅੰਕਲੀ ਪਲੀਜ਼ ਤੁਸੀਂ ਇਦਾਂ ਨਹੀਂ ਹੋ ਕੇ ਆਪਣੀ ਕਰ ਸਕਦੇ ਮੀਟਿੰਗ ਤੇ ਬੈਠੋ ਅੰਕਲੀ ਪਲੀਜ਼ ਖੋਲੀ ਕੇ ਰੱਖ ਚੈਨ ਅੰਕਲੀ ਪਲੀਜ਼ ਤੁਸੀਂ ਬੈਠੋ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਸਿਟ ਡਾਊਨ ਪਲੀਜ਼ ਸਿਟ ਡਾਊਨ ਨਾਓ ਸਿਟ ਡਾਊਨ ਉਹ ਬੈਠੋ ਤੁਸੀਂ ਸੱਦਿਆ ਤੁਹਾਨੂੰ ਅਸੀਂ ਇਸ ਗੱਲ ਥੋੜ੍ਹਾ ਦੇਖ ਲਓ ਕਿੰਨਾ ਡਿਸਕਸਟਿੰਗ ਐਂਡ ਦ ਹੂ ਹੈਵ ਮੀਟਿੰਗ